ਜੇਕਰ ਕਿਸੇ ਨੇ ਇਨਸਾਫ ਕੀਤਾ ਤਾਂ ਉਹ ਗੁਰੂ ਗੋਬਿੰਦ ਸਿੰਘ ਹੈ, ਬਾਕੀ ਤਾਂ ਸਭ ਆਪੋ ਆਪਣੀਆਂ ਗਰਜ਼ਾਂ ਦੇ ਮਾਰੇ ਹੋਏ ਲੋਕ ਹੈ। ਮੈਨੂੰ ਖੁਦਾ ਦਾ ਰੂਪ ਦਿਸਦਾ ਗੁਰੂ ਗੋਬਿੰਦ ਸਿੰਘ, ਔਰ ਗੁਰੂ ਗੋਬਿੰਦ ਸਿੰਘ ਦਾ ਸ਼ਬਦ ਵਰਤ ਕੇ ਉਹਨਾਂ ਨੇ ਜਿਹੜੀ ਕਮਾਲ ਕੀਤੀ, ਦੁਨੀਆਂ ਦੇ ਕਿਸੇ ਵੀ ਐਸੇ ਕਵੀ ਨੇ ਸ਼ਾਇਦ ਐਸੇ ਸ਼ਬਦ ਨਾ ਵਰਤੇ ਹੋਣ ਜਿਹੜੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਵਰਤੇ। ਤੇ ਭਾਈ ਆਨੰਦ ਲਾਲ ਹੀ ਇੱਕ ਐਸੀ ਸ਼ਖਸੀਅਤ ਸੀ ਜਿਹੜੇ ਕਿਸੇ ਟਾਈਮ ਮੁਸਲਮਾਨ ਰਾਜ ਘਰਾਣੇ ਦੇ ਟੀਚਰ ਹੋਇਆ ਕਰਦੇ ਸੀ, ਟੀਚ ਕਰਦੇ ਸੀ ਉਹਨਾਂ ਦੇ ਬੱਚਿਆਂ ਨੂੰ, ਸਿੱਖਿਆ ਦਿੰਦੇ ਸੀ, ਪੜ੍ਹਾਇਆ ਕਰਦੇ ਸਨ। ਪਰ ਜਿਸ ਦਿਨ ਭਾਈ ਆਨੰਦ ਲਾਲ ਨੂੰ ਇਹ ਪਤਾ ਲੱਗਾ ਕਿ ਔਰੰਗਜ਼ੇਬ ਦੀ ਨਿਗਾਹ ਸਾਫ਼ ਨਹੀਂ ਹੈ, ਕਿਉਂਕਿ ਔਰੰਗਜ਼ੇਬ ਨੇ ਨਾ ਇੱਕ ਕੁਰਾਨ ਦੀ ਆਇਤ ਉਹਦੇ ਅਰਥ ਕਰਨ ਵਾਸਤੇ ਆਪਣੇ ਸਾਰੇ ਦਰਬਾਰੀਆਂ ਨੂੰ ਆਖਿਆ, ਕੀਤੇ ਸਾਰਿਆਂ ਨੇ ਵੱਖ ਵੱਖ ਤਰੀਕੇ ਨਾਲ। ਕਈ ਵਾਰ ਐਸਾ ਹੁੰਦਾ ਆਪਾਂ ਕੋਈ ਨਾ ਗੁਰਬਾਣੀ ਦੀ ਪੰਕਤੀ ਪੜ੍ਹਦੇ ਹਾਂ, ਸਾਡਾ ਦਿਲ ਕਰਦਾ ਆਪਾਂ ਇਹਦੇ ਅਰਥ ਜਾਣੀਏ, ਇਹਦਾ ਮਤਲਬ ਕੀ ਹੈ, ਮੀਨਸ ਕੀ ਹੈ। ਸਾਨੂੰ ਜਦੋਂ ਕੋਈ ਉਹਦਾ ਮਤਲਬ ਦੱਸੇ ਆਪਾਂ ਕਈ ਵਾਰ ਉਹਦੇ ਨਾਲ ਖੁਸ਼ ਨਹੀਂ ਹੁੰਦੇ, ਸਾਨੂੰ ਇੱਦਾਂ ਲੱਗਦਾ ਜਿਵੇਂ ਇਹਦੇ ਵਿੱਚ ਕੋਈ ਘਾਟ ਰਹਿ ਗਈ ਹੈ। ਪਰ ਜਿਹੜਾ ਕਰਦਾ ਹੈ ਪ੍ਰੋਪਰ ਤੌਰ 'ਤੇ ਸਾਡੀ ਰੂਹ ਨੂੰ ਖੁਸ਼ ਕਰਦਾ ਹੈ, ਫਿਰ ਆਪਾਂ ਉਹਦੇ ਬਣ ਜਾਂਦੇ ਹਾਂ ਅਤੇ ਦਿਲ ਕਰਦਾ ਉਹ ਵੀ ਸਾਡਾ ਹੀ ਹੋ ਜਾਏ। ਐਸਾ ਕੁਝ ਭਾਈ ਆਨੰਦ ਲਾਲ ਜੀ ਦੇ ਨਾਲ ਹੋਇਆ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਜਦੋਂ ਉਸ ਆਇਤ ਦੇ ਅਰਥ ਕੀਤੇ ਨਾ, ਮੀਨਜ ਦੱਸਿਆ ਉਸ ਆਇਤ ਦਾ, ਤੇ ਔਰੰਗਜ਼ੇਬ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਿ ਹਿੰਦੂ ਧਰਮ ਦੇ ਵਿੱਚ ਇੱਕ ਐਸਾ ਇਨਸਾਨ ਨਹੀਂ ਹੋਣਾ ਚਾਹੀਦਾ। ਮਤਲਬ ਕੀ ਹੈ ਕਿ ਕਿਸੇ ਵੀ ਧਰਮ ਦੇ ਵਿੱਚ ਐਸਾ ਇਨਸਾਨ ਨਹੀਂ ਹੋਣਾ ਚਾਹੀਦਾ ਜਿਹੜਾ ਇੰਨਾ ਗੁਣੀ ਗਿਆਨੀ ਤੇ ਇੰਨਾ ਵਿਦਵਾਨ ਹੋਵੇ। ਤੇ ਇੰਨੇ ਗੁਣੀ ਗਿਆਨੀ ਕਵੀ ਵਿਦਵਾਨ ਬੰਦੇ ਸਾਡੇ ਧਰਮ 'ਚ ਹੋਣੇ ਚਾਹੀਦੇ ਨੇ, ਉਹ ਤਾਂ ਇਸਲਾਮ ਵਿੱਚ ਆਉਣਾ ਚਾਹੀਦਾ। ਭਾਈ ਆਨੰਦ ਲਾਲ ਜੀ ਨੂੰ ਜਦੋਂ ਉਹਦੀ ਇਸ ਬੇਈਮਾਨੀ ਦਾ ਪਤਾ ਲੱਗਣ ਤੇ ਭਾਈ ਆਨੰਦ ਲਾਲ ਜੀ ਨੂੰ ਇੱਕੋ ਹੀ ਰਾਹ ਦਿਸਿਆ। ਇਸ ਤੋਂ ਪਹਿਲਾਂ ਵੀ ਭਾਈ ਆਨੰਦ ਲਾਲ ਜੀ ਇੱਕ ਵਾਰ ਆਏ ਸਨ ਕਲਗੀਆਂਵਾਲੀ ਦੇ ਦਰਬਾਰ ਵਿੱਚ, ਕਿਉਂਕਿ ਭਾਈ ਆਨੰਦ ਲਾਲ ਜੀ ਦੇ ਜਿਹੜੇ ਵਾਈਫ ਸੀ ਉਹ ਸਿੱਖ ਘਰਾਣੇ ਨਾਲ ਸੰਬੰਧ ਰੱਖਦੇ ਸੀ। ਭਾਈ ਆਨੰਦ ਲਾਲ ਜੀ ਦੇ ਜਿਹੜੇ ਧਰਮ ਪਤਨੀ ਸਨ ਉਹ ਸਿੱਖ ਘਰਾਣੇ ਵਿੱਚੋਂ ਸੀ, ਤੇ ਭਾਈ ਆਨੰਦ ਲਾਲ ਜੀ ਨੇ ਬਹੁਤ ਸਾਰੀ ਪਾਵਨ ਬਾਣੀ ਤੇ ਸਿੱਖੀ ਦਾ ਗਿਆਨ ਆਪਣੀ ਧਰਮ ਪਤਨੀ ਤੋਂ ਸਿੱਖਿਆ ਸੀ। ਭਾਈ ਆਨੰਦ ਲਾਲ ਨੂੰ ਇੱਕ ਇਸ਼ਕ ਸੀ ਗੁਰੂ ਨਾਨਕ ਦੇ ਘਰ ਨਾਲ। ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਵੀ ਹੁਣ ਔਰੰਗਜ਼ੇਬ ਦੀ ਜਿਹੜੀ ਤਾਕਤ ਹੈ, ਦੇਖੋ ਇਹ ਨਾ ਸੋਚਿਓ ਵੀ ਔਰੰਗਜ਼ੇਬ ਕਦੇ ਕੋਈ ਮਾੜੀ ਮੋਟੀ ਸ਼ਖਸੀਅਤ ਸੀ। ਔਰੰਗਜ਼ੇਬ ਉਸ ਟਾਈਮ ਦੀ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਦਾ ਮਾਲਕ ਸੀ, ਲੋਕ ਥਰ ਥਰ ਤੋਂ ਕੰਮਦੇ ਸਨ, ਤੇ ਸਾਰਾ ਜਹਾਨ ਜਾਣਦਾ ਹੈ ਕਿ ਆਪਣੇ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਇੱਥੋਂ ਤੱਕ ਕਿ ਆਪਣੇ ਪਿਓ ਤੱਕ ਨੂੰ ਕਤਲ ਕਰਕੇ ਉਹ ਤਖ਼ਤ ਉੱਤੇ ਬੈਠਾ ਸੀ। ਮੈਂ ਇੱਕ ਦਿਨ ਇੱਕ ਸ਼ੇਰ ਤੁਹਾਡੇ ਨਾਲ ਅਰਜ ਕੀਤਾ ਸੀ, ਉਹਦਾ ਮਾਇਨਾ ਵੀ ਕੁਝ ਐਸਾ ਹੀ ਹੈ। ਤਖ਼ਤ ਏ ਸ਼ਾਹੀ, ਜਿਹੜਾ ਤਖ਼ਤ ਹੁੰਦਾ ਹੈ ਸ਼ਾਹੀ ਤਖ਼ਤ, ਤਖ਼ਤ ਏ ਸ਼ਾਹੀ, ਤਖ਼ਤ ਨਸ਼ੀ ਪਰ ਜਿਹੜਾ ਤਖ਼ਤ ਉੱਤੇ ਬਹਿੰਦਾ ਹੈ, ਤਖ਼ਤ ਏ ਸ਼ਾਹੀ, ਤਖ਼ਤ ਨਸ਼ੀ ਪਰ ਆਪਣਾ ਰੰਗ ਚੜ੍ਹਾ ਦਿੱਤਾ ਹੈ।
ਜਦੋਂ ਬੰਦਾ ਕੋਈ ਕੁਰਸੀ 'ਤੇ ਬਹਿਵੇ ਨਾ, ਕੁਰਸੀ ਤੋਂ ਬਹਿਣ ਤੋਂ ਪਹਿਲਾਂ ਉਹਨੂੰ ਉਹਦੇ 'ਚ ਨਿਮਰਤਾ ਹੋਵੇਗੀ, ਹਲੀਮੀ ਹੋਵੇਗੀ, ਬੜਾ ਕੁਛ ਹੋਵੇਗਾ। ਇਹ ਸਾਰੇ ਐਸੇ ਨਹੀਂ ਹੁੰਦੇ, ਕੁਝ ਦੀ ਗੱਲ ਕੀਤੀ ਇਹਦੇ ਵਿੱਚ। ਪਰ ਜਦੋਂ ਬੰਦਾ ਕੁਰਸੀ 'ਤੇ ਬਹਿ ਜਾਏ ਫਿਰ ਕੁਰਸੀ ਰੰਗ ਚੜ੍ਹਾਉਂਦੀ ਹੈ। ਤਖ਼ਤ ਸ਼ਾਹੀ ਤਖ਼ਤ ਨਸ਼ੀ ਪਰ ਆਪਣਾ ਰੰਗ ਚੜ੍ਹਾ ਦਿੱਤਾ ਹੈ, ਰਫਤਾ ਰਫਤਾ ਹਰ ਹਾਕਮ ਕੋ ਔਰੰਗਜ਼ੇਬ ਬਣਾ ਦਿੱਤਾ। ਪਰ ਹੌਲੀ ਹੌਲੀ ਬੰਦਾ ਔਰੰਗਜ਼ੇਬ ਬਣ ਜਾਂਦਾ, ਰੂਹ ਆ ਜਾਂਦੀ ਔਰੰਗਜ਼ੇਬ ਜੀ ਉਹਦੇ ਵਿੱਚ, ਹੁਕਮ ਚਲਾਉਂਦਾ ਹੈ ਆਪਣੇ। ਭਾਈ ਨੰਦ ਲਾਲ ਨੂੰ ਜਦੋਂ ਪਤਾ ਲੱਗਾ ਵੀ ਪੂਰੇ ਏਸ਼ੀਆ ਵਿੱਚ ਕੋਈ ਬਚਾ ਨਹੀਂ ਸਕਦਾ, ਮੈਨੂੰ ਕਿਤੇ ਵੀ ਨਹੀਂ ਬਚਾ ਸਕਦਾ ਕੋਈ, ਅਤੇ ਜੇ ਮੈਂ ਆਪਣਾ ਇਮਾਨ ਕਾਇਮ ਰੱਖਣਾ ਹੈ, ਖੁਦ ਨੂੰ ਬਚਾਉਣਾ ਹੈ, ਅਤੇ ਉਹਦੇ ਲਈ ਇੱਕੋ ਹੀ ਘਰ ਹੈ, ਭਲਾ ਕਿਹੜਾ? ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਖੋ ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ, ਧੰਨ ਕਲਗੀਆਂ ਵਾਲਾ। ਐਵੇਂ ਤੁਹਾਡੀ ਦੁਨੀਆਂ ਭਰ ਦੇ ਕਵੀਆਂ ਨੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਲਿਖੀ ਹੈ ਨਾ, ਕਿ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਵਾਕਈ ਨਾ ਕੋਈ ਹੋਇਆ ਤੇ ਨਾ ਕੋਈ ਹੋਏਗਾ ਕਦੇ ਦੁਨੀਆਂ ਦੇ ਵਿੱਚ। ਕਹਿੰਦੇ ਨੇ ਉਸ ਟਾਈਮ ਭਾਈ ਨੰਦ ਲਾਲ ਜੀ ਨੂੰ ਇੱਕੋ ਹੀ ਘਰ ਦਿਸਿਆ ਕਲਗੀਆਂ ਵਾਲੇ ਦਾ, ਤੇ ਆਨੰਦਪੁਰ ਸਾਹਿਬ ਜਾ ਪਹੁੰਚੇ। ਇਹ ਨਾਮ ਦਾ ਆਨੰਦਪੁਰ ਨਹੀਂ ਸੀ, ਹੈ ਵੀ ਆਨੰਦ ਸੀ ਇੱਥੇ ਉਸ ਟਾਈਮ। ਇਤਿਹਾਸ ਕਰ ਕਹਿੰਦੇ ਇੰਨੇ ਲੰਗਰ ਚੱਲਦੇ ਸੀ ਆਨੰਦਪੁਰ ਸਾਹਿਬ ਦੇ ਵਿੱਚ, ਇੱਕ ਲੰਗਰ ਨਹੀਂ ਸੀ ਚੱਲਦਾ, ਕਈ ਲੰਗਰ ਚੱਲਦੇ ਸੀ ਆਨੰਦਪੁਰ ਸਾਹਿਬ ਦੇ ਵਿੱਚ। ਤੇ ਹਿਸਾਬ ਲਾ ਲਓ ਵੀ ਕਿੰਨੀ ਸੰਗਤ ਆਉਂਦੀ ਹੋਏਗੀ ਰੋਜ਼ਾਨਾ ਡੇਲੀ, ਕਿੰਨੀ ਸੰਗਤ ਅਪ ਡਾਊਨ ਕਰਦੀ ਹੋਏਗੀ, ਕਿੰਨੀ ਆਉਂਦੀ ਜਾਂਦੀ ਹੋਏਗੀ, ਤੇ ਵੱਡੀ ਤਾਦਾਦ ਵਿੱਚ ਸੰਗਤਾਂ ਆਉਂਦੀਆਂ ਜਾਂਦੀਆਂ ਸੀ। ਤੇ ਭਾਈ ਨੰਦ ਲਾਲ ਜੀ ਜਦੋਂ ਉੱਥੇ ਜਾ ਪਹੁੰਚੇ ਨਾ, ਤੇ ਭਾਈ ਨੰਦ ਲਾਲ ਜੀ ਦਾ ਪਤਾ ਤਾਂ ਲੱਗ ਗਿਆ ਕਲਗੀਆਂ ਵਾਲੇ ਨੂੰ ਵੀ ਆਈ ਹੈ ਕੋਈ ਇੱਥੇ ਮਹਾਨ ਸ਼ਖਸੀਅਤ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਲੰਗਰ ਦੇ ਵਿੱਚ ਚਲੇ ਗਏ। ਪੁਰਾਣਾ ਟਾਈਮ ਸੀ, ਸਵਾਹ ਦੇ ਨਾਲ ਲੋਕ ਭਾਂਡੇ ਮਾਂਜਦੇ ਸੀ, ਤੇ ਅੱਜ ਵੀ ਕਈ ਨਾ ਇਤਿਹਾਸਕ ਗੁਰਦੁਆਰਿਆਂ ਵਿੱਚ ਵੱਡੇ ਵੱਡੇ ਢੇਰ ਲੱਗੇ ਹੁੰਦੇ ਰੇਤਾ ਦੇ, ਸਵਾਹ ਦੇ, ਸਵਾਹ ਨਾਲ ਭਾਂਡੇ ਮਾਂਜੇ ਜਾਂਦੇ ਨੇ, ਸੁੱਕੇ ਭਾਂਡੇ ਮਾਂਜਦੇ ਨੇ। ਤੇ ਭਾਈ ਨੰਦ ਲਾਲ ਜੀ ਨੇ ਨਾ ਕੁਛ ਇਸ ਤਰ੍ਹਾਂ ਦੇ ਕੱਪੜੇ ਪਾ ਲਏ, ਸੇਵਾ ਕਰਨ ਲੱਗ ਪਏ। ਤੇ ਭਾਈ ਨੰਦ ਲਾਲ ਜੀ ਸੇਵਾ ਕਰਦੇ ਰਹੇ, ਭਾਂਡੇ ਮਾਂਜਦੇ ਰਹੇ, ਉਹਨਾਂ ਦੀਆਂ ਲੱਤਾਂ ਬਾਹਾਂ ਸਵਾਹ ਨਾਲ ਭਰੀਆਂ, ਭਾਂਡੇ ਹੀ ਮਾਂਜਦੇ ਰਹੇ, ਬਰਤਨ ਹੀ ਸਾਫ਼ ਕਰਦੇ ਰਹੇ। ਕਿਉਂ? ਕਿਉਂਕਿ ਉਹਨਾਂ ਦਾ ਵਿਸ਼ਵਾਸ ਸੀ ਸ਼ਾਇਦ ਇਹਨਾਂ ਨੂੰ ਮਾਂਜਦਿਆਂ ਆਹ ਵੀ ਮਾਂਜਿਆ ਜਾਏ। ਹੁੰਦਾ ਵੀ ਕਈ ਵਾਰ ਐਸਾ, ਪਰ ਕਈ ਵਾਰ ਐਸਾ ਹੁੰਦਾ ਜਦੋਂ ਬੰਦੇ 'ਚ ਹੰਕਾਰ ਆ ਜਾਏ, ਫਿਰ ਉਹ ਜਿੰਨੀ ਮਹਿਲ ਭਾਂਡਿਆਂ ਤੋਂ ਲਾਹਦੀ ਹੈ ਉਹਦੀ ਅੰਦਰ ਲੱਗੀ ਜਾਂਦੀ ਵੀ ਮੈਂ ਤਾਂ ਬੜਾ ਵੱਡਾ ਸੇਵਾਦਾਰ। ਐਸਾ ਵੀ ਹੁੰਦਾ ਕਈ ਵਾਰ। ਸਾਡੇ ਨਾ ਬਜ਼ੁਰਗ ਆਮ ਕਰਕੇ ਗੱਲ ਕਿਆ ਕਰਦੇ ਸੀ, ਜੋ ਤੁਸੀਂ ਕਰਦੋ ਨਾ ਉਹਨੂੰ ਜਿਤਾਓ ਨਾ। ਜੇ ਤੁਸੀਂ ਗੁਰਦੁਆਰੇ ਜਾ ਕੇ ਸੇਵਾ ਕੀਤੀ ਹੈ, ਬਾਹਰ ਢੋਰਾ ਨਾ ਪੁੱਟੋ ਅਸੀਂ ਸੇਵਾ ਕਰਕੇ ਆਏ। ਜੇ ਅਸੀਂ ਜੂਠੇ ਬਰਤਨ ਮਾਂਜੇ, ਜੇ ਅਸੀਂ ਪੋਚਾ ਲਾਇਆ, ਜੇ ਅਸੀਂ ਚਾਦਰਾਂ ਧੋਤੀਆਂ, ਅਸੀਂ ਕੁਛ ਕੀਤਾ, ਜੋ ਕੀਤਾ ਨਾ ਇੱਥੇ ਅਰਦਾਸ ਕਰਕੇ ਇੱਥੇ ਹੀ ਖਤਮ ਪਾਣੀ, ਉੱਥੇ ਕੁਛ ਨਹੀਂ ਕੀਤਾ ਆਪਾਂ, ਗੱਲ ਫਿਰ ਬਣਦੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨਾ ਜੂਠੇ ਬਰਤਨ ਮਾਂਜੀ ਗਏ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਈ ਵਾਰ ਆਏ ਵੇਖਣ ਵਾਸਤੇ ਉਹਨਾਂ ਨੂੰ। ਇੱਕ ਦਿਨ ਭਾਈ ਨੰਦ ਲਾਲ ਜੀ ਵੱਡੇ ਸਾਰੇ ਬਰਤਨ ਮਾਂਜ ਰਹੇ ਸੀ, ਕਲਗੀਆਂ ਵਾਲੇ ਨਾਲ ਖੜ ਗਏ। ਭਾਈ ਨੰਦ ਲਾਲ ਜੀ ਐ ਚੁੱਪ ਕਰਕੇ ਆਪਣਾ ਕੰਮ ਕਰੀ ਜਾ ਰਹੇ ਨੇ, ਉਹਨਾਂ ਨੂੰ ਨਹੀਂ ਪਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਲਾਗੇ ਖੜੇ ਹੈ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੰਨੀ ਸਿਫਤ ਉਹਨਾਂ ਨੇ ਲਿਖੀ ਜ਼ਿੰਦਗੀ ਨਾਮਾ ਪੁਸਤਕ ਦੇ ਵਿੱਚ। ਤੇ ਕਹਿੰਦੇ ਭਾਈ ਨੰਦ ਲਾਲ ਜੀ ਲਾਗੇ ਖੜੇ ਗਏ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮੁਸਕਰਾਉਂਦੇ ਰਹੇ, ਵੇਖਦੇ ਰਹੇ, ਤੇ ਭਾਈ ਨੰਦ ਲਾਲ ਜੀ ਆਪਣੇ ਬਰਤਨ ਸਾਫ਼ ਕਰਦੇ ਰਹੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਨਾ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ, ਨੰਦ ਲਾਲ
ਅਸੀਂ ਨਾ ਮਸਤ ਹੋ ਗਏ ਹਾਂ ਵੀ ਪਤਾ ਨਹੀਂ ਲੱਗਾ ਵੀ ਕੋਈ ਲਾਗੇ ਵੀ ਖੜਾ ਹੈ। ਤੇ ਭਾਈ ਆਨੰਦ ਲਾਲ ਨੇ ਆਪਣੀਆਂ ਲਿਖਤਾਂ ਵਿੱਚ ਆ ਤੁਸੀਂ ਸਾਰੀਆਂ ਸੁਣੀਆਂ 160 ਹੈ 160 ਸਲੋਕ ਜਿਹੜੇ ਤੁਸੀਂ ਸੁਣੇ। ਯਾਰ ਹੀ ਕਿਹਾ, ਯਾਰ ਹੀ ਕਿਹਾ, ਯਾਰ ਮੇਰਾ ਯਾਰ ਹੈ, ਮੇਰਾ ਯਾਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਯਾਰ ਸ਼ਬਦ ਵਰਤਦੇ ਰਹੇ, ਯਾਰ ਸ਼ਬਦ ਦੋਸਤ ਵਾਸਤੇ ਵਰਤਿਆ ਜਾਂਦਾ ਹੈ, ਰੱਬ ਵਾਸਤੇ ਵੀ, ਗੁਰੂ ਵਾਸਤੇ ਵੀ, ਗੁਰਬਾਣੀ ਵਿੱਚ ਵੀ ਵਰਤਿਆ। ਭਾਈ ਆਨੰਦ ਲਾਲ ਜੀ ਨੇ ਨਾ ਆਪਣੇ ਹੱਥ ਜੋੜ ਦਿੱਤੇ, ਬਾਹਾਂ ਭਰੀਆਂ ਸੀ ਸਵਾਹ ਨਾਲ, ਹੱਥ ਜੋੜ ਦਿੱਤੇ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਖਿਆ, ਮਹਾਰਾਜ ਇਹ ਤਾਂ ਕਵੀ ਪੁਣੇ ਦਾ ਹੰਕਾਰ ਸੀ ਨਾ ਜਿਹੜਾ, ਉਹਨੂੰ ਮਾਂਜ ਰਹੇ ਹੈ, ਲਾਹ ਰਹੇ ਹੈ। ਤੇ ਭਾਈ ਆਨੰਦ ਲਾਲ ਜੀ ਨੂੰ ਕਲਗੀਆਂ ਵਾਲੇ ਨੇ ਕਿਹਾ, ਉਹ ਤਾਂ ਲੱਥ ਗਿਆ, ਖਤਮ ਹੋ ਗਿਆ, ਉਹ ਤਾਂ ਹੈ ਹੀ ਨਹੀਂ ਉਹ ਤਾਂ ਅੰਦਰ। ਵੀ ਭਾਈ ਆਨੰਦ ਲਾਲ ਜੀ ਹੁਣ ਤੁਸੀਂ ਲੰਗਰਾਂ ਦੀ ਸੇਵਾ ਕਰੋ, ਸੰਗਤਾਂ ਨੂੰ ਲੰਗਰ ਪਾਣੀ ਛਕਾਓ। ਭਾਈ ਆਨੰਦ ਲਾਲ ਜੀ ਤੇ ਕਵੀ ਸਨ, ਮੇਰੇ ਖਿਆਲ ਵਿੱਚ ਉਸ ਟਾਈਮ ਦੇ ਸਭ ਤੋਂ ਵੱਡੇ ਕਵੀ ਸੀ ਕਲਗੀਆਂ ਵਾਲੇ ਦੇ ਦਰਬਾਰ ਦੇ ਭਾਈ ਆਨੰਦ ਲਾਲ ਜੀ। ਭਾਈ ਆਨੰਦ ਲਾਲ ਜੀ ਕਵੀ ਪੁਣੇ ਦਾ ਹੰਕਾਰ ਨਹੀਂ ਕਰਦੇ, ਕਲਗੀਆਂ ਵਾਲੇ ਦੀ ਸਿਫਤ ਲਿਖੀ ਜਾਂਦੇ ਨੇ। ਤੇ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ, ਮੈਂ ਹੈਰਾਨ ਹੋ ਜਾਂਦਾ ਕਿ ਕਈ ਵਾਰ ਐਸੀ ਕਮਾਲ ਉਹਨਾਂ ਨੇ ਕੀਤੀ ਹੈ ਆਪਣੀਆਂ ਲਿਖਤਾਂ ਦੇ ਵਿੱਚ। ਮੈਂ ਕਈ ਵਾਰ ਤੁਹਾਡੇ ਨਾਲ ਸ਼ੇਅਰ ਵੀ ਕਰਿਆ ਕਰਦਾ ਹੈ। ਇੱਕ ਜਗ੍ਹਾ 'ਤੇ ਉਹ ਕਹਿੰਦੇ ਨੇ ਕਲਗੀਆਂ ਵਾਲਿਆ, ਸੱਚੇ ਪਾਤਸ਼ਾਹ ਜੀ ਨਾ ਕੇਸੀ ਇਸ਼ਨਾਨ ਕਰਕੇ ਬਾਹਰ ਨਿਕਲੇ, ਕੇਸੀ ਇਸ਼ਨਾਨ ਕੀਤਾ ਤੇ ਮਹਾਰਾਜ ਦੇ ਜਿਹੜੇ ਕੇਸ ਸਨ ਕੁਝ ਪਿਛਲੇ ਪਾਸੇ ਸੀ ਤੇ ਕੁਛ ਮੂੰਹ ਦੇ ਉੱਤੇ ਆ ਗਏ ਸੱਚੇ ਪਾਤਸ਼ਾਹ ਜੀ ਦੇ। ਭਾਈ ਆਨੰਦ ਲਾਲ ਨੂੰ ਉਸ ਟਾਈਮ ਇੱਕ ਗਜ਼ਲ ਫਰੀ, ਕਵੀ ਸੀ ਜਿਹੜਾ ਕਵੀ ਹੁੰਦਾ, ਕਈ ਵਾਰ ਹਵਾ ਤੇਜ਼ ਚੱਲ ਰਹੀ ਹੋਵੇ, ਮੌਸਮ ਬਹੁਤ ਰੰਗੀਨ ਹੋਵੇ, ਖਿੜੇ ਹੋਏ ਫੁੱਲ ਹੋਣ, ਕਵੀ ਦਾ ਦਿਲ ਕਰਦਾ ਹੈ ਫਿਰ ਉੱਥੇ ਕੁਛ ਲਿਖ ਦਿੰਦਾ ਹੈ ਕਿਉਂਕਿ ਕਵੀ ਹੁੰਦਾ। ਭਾਈ ਆਨੰਦ ਲਾਲ ਨੇ ਜਦੋਂ ਵੇਖਿਆ ਨਾ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ, ਉਹਨਾਂ ਨੇ ਇੱਕ ਗਜ਼ਲ ਫਰੀ, ਗਜ਼ਲ ਲਿਖੀ ਉਹਨਾਂ ਨੇ ਬੜੀ ਲੈ, ਤੇ ਗਜ਼ਲ ਦੇ ਸ਼ਬਦ ਬੜੇ ਸੋਹਣੇ ਉਹਨਾਂ ਨੇ ਵਰਤੇ। ਹਰ ਦਿਆਲ ਮਕੀਮ ਤੇ ਯਕ ਤਾਰ ਮੂਏ ਯਾਰ ਮਾਂ, ਹਰ ਦਿਆਲ ਮਕੀਮ ਤੇ ਦੋ ਆਲਮ ਦੁਨੀਆ। ਕਹਿੰਦੇ ਨੇ ਕਲਗੀਆਂ ਵਾਲਿਆ, ਤੇਰੇ ਮੱਥੇ ਦੇ ਉੱਤੇ ਜਿਹੜੀ, ਤੇਰੇ ਚਿਹਰੇ ਦੇ ਉੱਤੇ ਜਿਹੜੀ ਇੱਕ ਤੇਰੇ ਕੇਸਾਂ ਦੀ ਲੱਟ ਹੈ ਨਾ, ਤੇਰੇ ਕੇਸਾਂ ਨੂੰ ਢੱਕ ਰਹੀ ਹੈ, ਉਸ ਲੱਟ ਦਾ ਇੱਕ ਕੇਸ ਦੋ ਦੁਨੀਆ ਵੇਚ ਦਿੱਤੀ ਜਾਏ ਨਾ ਤਾਂ ਵੀ ਉਹਦੇ ਤੋਂ ਮਹਿੰਗਾ ਹੈ। ਆਖੋ ਸਤਨਾਮ, ਦੋ ਦੁਨੀਆ ਤੋਂ ਵੀ ਮਹਿੰਗਾ ਹੈ। ਹਰ ਦਿਆਲ ਮਕੀਮ ਤੇ ਯਕ ਤਾਰ ਮੂਏ ਯਾਰ ਮਾਂ, ਮੇਰੇ ਯਾਰ ਤੇਰੇ ਤੇ ਕੇਸਾਂ ਦੀ ਕੀਮਤ ਨਹੀਂ ਕੋਈ ਕਹੀ ਜਾ ਸਕਦੀ। ਇੱਕ ਜਗ੍ਹਾ ਤੇ ਉਹਨਾਂ ਨੇ ਹੋਰ ਬੜੀ ਸੋਹਣੀ ਗੱਲ ਲਿਖੀ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਹਮਣੇ ਬਿਠਾ ਕੇ ਕਹਿੰਦੇ ਨੇ, ਸੱਚੀਆ ਪਾਤਸ਼ਾਹ ਮੇਰਾ ਨਾ ਇਸ ਦੁਨੀਆਂ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ, ਦਿਲ ਨਹੀਂ ਸੀ ਕਰਦਾ ਮੈਂ ਇਸ ਦੁਨੀਆਂ ਵਿੱਚ ਆਵਾਂ, ਪਰ ਕਲਗੀਆਂ ਵਾਲਿਆ ਮੈਨੂੰ ਤੇਰਾ ਇਸ਼ਕ ਖਿੱਚ ਕੇ ਇਸ ਦੁਨੀਆਂ ਵਿੱਚ ਲੈ ਆਇਆ। ਆਖੋ ਸਤਨਾਮ, ਉਹ ਉਸ ਕਲਗੀਆਂ ਵਾਲੇ ਦੇ ਨਾਲ ਜ਼ਿੰਦਗੀ ਦਾ ਲੰਮਾ ਟਾਈਮ ਬਤੀਤ ਕਰਨ ਵਾਲੇ ਭਾਈ ਆਨੰਦ ਲਾਲ ਜੀ ਨੇ ਅੰਮ੍ਰਿਤ ਨਹੀਂ ਛਕ ਲਿਆ ਸੀ, ਤੇ ਬਾਅਦ ਵਿੱਚ ਉਹਨਾਂ ਦਾ ਨਾਮ ਬਣ ਗਿਆ ਸੀ ਭਾਈ ਸਾਹਿਬ ਭਾਈ ਆਨੰਦ ਲਾਲ ਸਿੰਘ ਜੀ, ਜਿਵੇਂ ਆਪਾਂ ਅੱਜ ਵੀ ਮਾਤਾ ਗੁਜਰੀ ਕਹੀ ਜਾਂਦੇ ਹਾਂ, ਜਦਕਿ ਨਾਮ ਬਣ ਗਿਆ ਸੀ ਧੰਨ ਧੰਨ ਮਾਤਾ ਗੁਜਰ ਕੌਰ ਜੀ। ਤੇ ਭਾਈ ਆਨੰਦ ਲਾਲ ਜੀ ਲੰਮਾ ਟਾਈਮ ਕਲਗੀਆਂ ਵਾਲੇ ਨਾਲ ਰਹੇ, ਉਦੋਂ ਗਏ ਜਦੋਂ ਸੱਚੇ ਪਾਤਸ਼ਾਹ ਨੂੰ ਆਪਣਾ ਪਿਆਰਾ ਆਨੰਦਪੁਰ ਸਾਹਿਬ ਛੱਡਣਾ ਪਿਆ।
ਤੇ ਅਨੰਦਪੁਰ ਸਾਹਿਬ ਨੂੰ ਜਦੋਂ ਉਜਾੜ ਦਿੱਤਾ ਗਿਆ।